ਵਿਕਰਮਜੀਤ ਸਿੰਘ। ਕਿਹੜਾ ਥੀਏਟਰ ਭਾਅ ਜੀ? ਹਾਂਜੀ ਕਿਹੜਾ ਥੀਏਟਰ ਹੈ? ਫੂਲ ਸਿਨੇਮਾ ਪਟਿਆਲਾ। ਭਾਅ ਜੀ ਕੀ ਗੱਲ ਬੰਦ ਹੈ? ਕਰੋਨਾ ਵਾਇਰਸ ਜੋ ਕਿ ਬਹੁਤ ਜ਼ਿਆਦਾ ਹਾਲੇ 'ਚ ਫੈਲ ਰਿਹਾ, ਜਿਹਦਾ ਬਹੁਤ ਜ਼ਿਆਦਾ ਸਪਰੈਡਿੰਗ ਹੋ ਰਹੀ ਹੈ, ਸੋ ਉਹਨੂੰ ਪ੍ਰਿਵੈਂਟ ਕਰਨ ਲਈ ਗੌਰਮੈਂਟ ਆਫ ਪੰਜਾਬ ਵੱਲੋਂ ਕੁਛ ਨੋਟਿਸਿਸ ਜਾਰੀ ਕੀਤੇ ਗਏ ਨੇ, ਸੋ ਦੈਟ ਪਬਲਿਕ ਗੈਦਰਿੰਗ ਪਲੇਸਿਸ ਨੇ ਜੋ ਉਹਨਾਂ ਨੂੰ ਬੰਦ ਰੱਖਿਆ ਜਾ ਸਕੇ, ਸੋ ਦੈਟ ਇਹਦੀ ਸਪਰੈਡਿੰਗ ਨੂੰ ਕੰਟਰੋਲ ਕੀਤਾ ਜਾਵੇ। ਸੋ ਉਸ ਕਰਕੇ ਕੱਲ੍ਹ ਮਿਡਨਾਈਟ 'ਤੇ ਨੋਟਿਸ ਇਸ਼ੂ ਹੋਇਆ, ਸੋ ਰਾਤੀ ਹੀ ਰਿਸੀਵ ਹੋਇਆ, ਸੋ ਉਹਨਾਂ ਨੇ ਇੰਸਟਰਕਸ਼ਨਸ ਦਿੱਤੇ ਕਿ ਸਿਨੇਮਾ ਹਾਲਸ ਐਂਡ ਜੋ ਵੀ ਪਬਲਿਕ ਗੈਦਰਿੰਗ ਪਲੇਸਿਸ ਨੇ ਉਹਨਾਂ ਨੂੰ ਬੰਦ ਰੱਖਿਆ ਜਾਵੇ, ਸੋ ਇਸ ਕਰਕੇ ਅੱਜ ਬੰਦ। ਕਿੰਨੇ ਸ਼ੋਅ ਚੱਲੇ ਕੁਛ ਇੱਕ ਟਾਈਮ ਇੱਕ ਦਿਨ 'ਚ? ਇੱਕ ਦਿਨ ਦੇ ਨੋਰਮਲੀ 6 ਸ਼ੋਅਜ਼ ਹੁੰਦੇ ਨੇ ਉਰੇ। ਕਿੰਨਾ ਕੁ ਨੁਕਸਾਨ ਹੋ ਜਾਂਦਾ? ਇੱਕ ਮਹੀਨਾ ਬੰਦ ਰਹੂਗਾ, ਬਦਲ ਗਈ ਕਿਸ ਤਰ੍ਹਾਂ ਲੱਗਦਾ ਖਰਚਾ ਪੂਰਾ ਹੋ ਜਾਊਗਾ? ਨਹੀਂ ਸਰ, ਐਕਚੁਲੀ ਕੀ ਹੈ ਕਿ ਡੇਲੀ ਟੂ ਡੇਲੀ ਹੁਣ ਨਿਊ ਮੂਵੀਜ਼ ਰਿਲੀਜ਼ ਹੋਈਆਂ ਲਾਸਟ 6 ਮੰਥਸ ਤੋਂ, ਰੈਵੇਨਿਊਜ਼ ਬਹੁਤ ਜ਼ਿਆਦਾ ਮਤਲਬ ਅਪ ਐਂਡ ਡਾਊਨਸ ਆਏ ਹੈ, ਸੋ ਕਾਫੀ ਜ਼ਿਆਦਾ ਮੁਸ਼ਕਿਲ ਹੈ ਇਹਨੂੰ ਸਰਵਾਈਵ ਕਰਨਾ, ਮਤਲਬ